ਸਾਗ ਨੂੰ ਚੁੱਲ੍ਹੇ 'ਤੇ ਤਿਆਰ ਕਰਦੇ ਹਾਂ ਅਤੇ ਹਾਰੇ 'ਚ ਉਹ ਕਰਦੇ ਹਾਂ ਅਤੇ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ 10-12 ਘੰਟੇ ਰਿਝਾਉਂਦੇ ਹੈ ਸਾਰਾ ਇਹ ਕਰਕੇ ਲਸਣ ਪਿਆਜ਼ ਜੋ ਵੀ ਅਦਰਕ ਪਾਲਕ ਪਾਈ ਦੀ ਹੈ ਉਸ ਤਰੀਕੇ ਨਾਲ ਤਿਆਰ ਕਰਦੇ। ਜਦੋਂ ਸਾਗ ਤਿਆਰ ਕਰਦੇ ਹੋ ਕਿੰਨਾ ਟਾਈਮ ਲੱਗਦਾ, ਕਿਵੇਂ ਕਿੰਨੇ ਕਿਲੋ ਸਾਗ ਆ ਜੋ ਕਿ ਰੋਜ਼ ਬਣਾਉਂਦੇ? ਅਸੀਂ 10-12 ਕਿਲੋ ਜਾਂ 15 ਕਿਲੋ ਤੱਕ ਵੀ ਕਈ ਵਾਰ ਬਣਾ ਲੈਂਦੇ ਹਾਂ। ਉਹ ਸਾਡਾ ਇੱਕ ਦਿਨ 'ਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰਾ ਲੱਗ ਜਾਂਦਾ। ਤੇ ਇਕੱਲੇ ਤਿਆਰ ਕਰਦੇ ਹੋ ਜਾਂ ਨਾਲ ਕੋਈ ਹੋਰ ਵੀ? ਨਹੀਂ, ਨਾਲ ਰਾਜਾ ਮੁੰਡਾ ਤਮਾਮ ਦਰਸ਼ਕਾਂ ਦਾ ਮੈਂ ਨੇਹਾ ਮਲਿਕ ਸਵਾਗਤ ਕਰਦੀ ਹਾਂ। ਅੱਜ ਅਸੀਂ ਤੁਹਾਨੂੰ ਪੰਜਾਬ ਦੀ ਜਿਹੜੀ ਸ਼ਾਨ ਹੈ ਯਾਨੀ ਕਿ ਖਾਣ ਪੀਣ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਖਾਣ ਪੀਣ ਦਾ ਨਾਮ ਜਿਹੜਾ ਸਭ ਤੋਂ ਅੱਗੇ ਆਉਂਦਾ ਹੈ ਅਤੇ ਅੱਜ ਅਸੀਂ ਤੁਹਾਨੂੰ ਦਿਖਾਉਣ ਲੱਗੇ ਹਾਂ ਕਿ ਕਿਸ ਤਰੀਕੇ ਨਾਲ ਇੱਕ ਰੋਡ ਦੇ ਕਿਨਾਰੇ ਇੱਕ ਸਰਦਾਰ ਜੀ ਜਿਹੜੇ ਨੇ ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਵੇਚ ਰਹੇ ਨੇ। ਸਰਦੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਲੋਕ ਜਿਹੜੇ ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਜਿਹੜੇ ਬਹੁਤ ਜ਼ਿਆਦਾ ਪਸੰਦ ਕਰਦੇ ਆ ਗੱਲ ਕਰਦੇ। ਸਰ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਰ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿਸ ਤਰੀਕੇ ਨਾਲ ਤਿਆਰ ਕਰਦੇ ਹੋ ਹਾਂਡੇ ਦੇ ਵਿੱਚ ਤੁਸੀਂ ਉਹ ਬਣਾਇਆ ਹੋਇਆ ਸਾਗ? ਸਾਗ ਨੂੰ ਚੁੱਲ੍ਹੇ 'ਤੇ ਤਿਆਰ ਕਰਦੇ ਹਾਂ ਅਤੇ ਹਾਰੇ 'ਚ ਉਹ ਕਰਦੇ ਅਤੇ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ 10-12 ਘੰਟੇ ਰਿਝਾਉਂਦੇ ਹੈ ਸਾਰਾ ਇਹ ਕਰਕੇ ਲਸਣ ਪਿਆਜ਼ ਜੋ ਵੀ ਅਦਰਕ ਪਾਲਕ ਪਾਈ ਦੀ ਹੈ ਉਸ ਤਰੀਕੇ ਨਾਲ ਤਿਆਰ ਕਰਦੇ ਹਾਂ। ਕੀ ਬਾਤ ਹੈ, ਕਿੰਨਾ ਸਾਗ ਜਿਹੜਾ ਤਿਆਰ ਕਰਦੇ ਹੋ, ਤੜਕੇ ਕਿੱਧਰੋਂ ਲੈ ਕੇ ਆਉਂਦੇ ਹੋ? ਅਸੀਂ ਇਹ ਸਾਡੇ ਆਪਣੇ ਮੰਗਾਈਦਾ ਖੇਤਾਂ 'ਚੋਂ। ਕੀ ਬਾਤ ਹੈ, ਆ ਮਤਲਬ ਕਿ ਇਦਾਂ ਹੀ ਇਸ ਤਰੀਕੇ ਨਾਲ ਹੀ ਪੱਟੀ ਤੇ ਰੱਖਿਆ ਰਹੂਗਾ ਜਦੋਂ ਤੱਕ ਖਤਮ? ਕਿੱਲੇ ਉਹ ਕਿੱਲੇ ਹੁੰਦੇ ਉਹ ਵੱਖਰੇ ਹੁੰਦੇ ਆ। ਹਾਂ, ਉੱਥੇ ਕਿੱਲਿਆਂ ਤੇ ਅਸੀਂ ਮਟਕੇ ਦੇ ਵਿੱਚ। ਅੱਛਾ, ਕਿੰਨੇ ਤੇ ਟਾਈਮ ਲੱਗਦਾ ਸਾਗ ਤਿਆਰ ਕਰਨ? ਘੱਟੋ ਘੱਟ 10-12 ਘੰਟੇ ਲੱਗ ਜਾਂਦੇ। 10-12 ਘੰਟੇ ਦੇ ਵਿੱਚ ਸਾਗ ਤਿਆਰ ਕਰਦੇ ਹੋ? ਕੀ ਬਾਤ ਹੈ, ਤਾਂ ਹੀ ਸਾਗ ਦਾ ਜਾ ਕੇ ਟੇਸਟ ਬਣਦਾ। ਕੀ ਬਾਤ ਹੈ, ਨਹੀਂ ਤਾਂ ਜਦੋਂ ਸਾਗ ਤਿਆਰ ਕਰਦੇ ਹੋ ਕਿੰਨਾ ਟਾਈਮ ਲੱਗਦਾ, ਕਿਵੇਂ ਕਿੰਨੇ ਕਿਲੋ ਸਾਗ ਆ ਜੋੜ ਕੇ ਰੋਜ਼ ਬਣਾਉਂਦੇ? ਅਸੀਂ 10-12 ਕਿਲੋ ਜਾਂ 15 ਕਿਲੋ ਤੱਕ ਵੀ ਕਈ ਵਾਰ ਬਣਾ ਲੈਂਦੇ ਹਾਂ। ਉਹ ਸਾਡਾ ਇੱਕ ਦਿਨ 'ਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰਾ ਲੱਗ ਜਾਂਦਾ। ਸਾਰਾ ਲੱਗ ਜਾਂਦਾ। ਕਿੰਨੀ ਦੂਰੋਂ ਦੂਰੋਂ ਲੋਕ ਜਿਹੜੇ ਨੇ ਤੁਹਾਡੇ ਕੋਲ ਆਉਂਦੇ ਨੇ ਸਾਗ ਖਾਣ? ਲੋਕਲ ਵੀ ਹੈਗੇ ਆ ਅਤੇ ਕਈ ਵਾਰ ਬੰਦੇ ਇੱਥੇ ਹੋਟਲ 'ਚ ਰਹਿੰਦੇ ਆ ਉਹ ਵੀ ਸਾਡਾ ਸਾਗ ਬਹੁਤ ਪਸੰਦ ਕਰਦੇ ਆ ਅਤੇ ਬਾਕੀ ਇਕੱਲੇ ਤਿਆਰ ਕਰਦੇ ਹੋ ਨਾਲ ਕੋਈ ਹੋਰ ਵੀ? ਨਾਲ ਰਾਜਾ ਮੁੰਡਾ। ਗਰਮੀਆਂ ਦੇ ਵਿੱਚ ਵੀ ਗਰਮੀਆਂ 'ਚ ਵੀ ਮਤਲਬ ਇਹ ਕਰਦੇ ਹਾਂ, ਕੜੀ ਹੋ ਗਈ, ਚੌਲ ਹੋ ਗਏ, ਰਾਈਸ ਹੋ ਗਏ, ਇਹ ਕਰਦੇ ਹਾਂ ਜੀ। ਸਾਗ ਦੀ ਆਪਾਂ ਗੱਲ ਕਰ ਰਹੇ, ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਫੇਮਸ ਜਿਹੜਾ ਸਾਗ, ਲੋਕ ਦੂਰੋਂ ਦੂਰੋਂ ਖਾਣ ਲਈ ਆਉਂਦੇ ਨੇ, ਤੁਸੀਂ ਦੱਸੋ ਕਿ ਤੁਹਾਡਾ ਐਕਸਪੀਰੀਅੰਸ ਕਿੰਨਾ ਕੁ ਜ਼ਿਆਦਾ ਵਧੀਆ ਚੱਲ ਰਿਹਾ? ਸਰ ਮੇਰਾ ਐਕਸਪੀਰੀਅੰਸ, ਮੈਨੂੰ ਸਾਗ ਦੀ ਬਹੁਤ ਹੌਸਲਾ ਵਧਾਈ ਜਾਂਦਾ, ਜਿਹੜਾ ਖਾ ਕੇ ਜਾਂਦਾ ਹਰੇਕ ਕਹਿੰਦਾ ਵੀ ਬਹੁਤ ਸਵਾਦ ਆ। ਇੱਕ ਸਾਲ ਹੋ ਗਿਆ ਮੈਨੂੰ ਉਹਦੇ ਕੰਮ ਕਰਦੇ ਨੂੰ, ਇਹਦੇ ਵੀ ਇੱਕ ਸਾਲ ਜੋ ਪੁਰਾਣਾ ਟੇਸਟ ਸੀ ਉਹ ਹੀ ਸਾਗ ਵੀ ਇੰਨਾ ਵਧੀਆ ਟੇਸਟ ਮਿਲ ਰਿਹਾ ਸਾਨੂੰ ਅਤੇ ਮੱਕੀ ਦੀ ਰੋਟੀ ਅਤੇ ਸਾਗ ਨਾਲ ਅਤੇ ਬਹੁਤ ਆਨੰਦ ਮਾਣਦੇ। ਤੁਸੀਂ ਆਪ ਤਿਆਰ ਕਰਦੇ ਹੋ ਸਾਗ? ਹਾਂਜੀ ਹਾਂਜੀ, ਆਪ ਬਣਾਉਂਦੇ ਹੋ? ਹਾਂਜੀ। ਕਿਆ ਬਾਤ ਹੈ, ਕਿਸ ਵੇਲੇ ਫਿਰ ਤੜਕੇ ਕਿੰਨੇ ਵਜੇ ਉੱਠਦੇ ਹੋ? ਅਸੀਂ 4 ਵਜੇ, 3 ਵਜੇ। 4 ਵਜੇ ਉੱਠਦੇ ਹੋ ਅਤੇ ਸਾਰਾ ਖਾਣਾ ਆਪ ਤਿਆਰ ਕਰਦੇ ਹੋ? ਹਾਂਜੀ ਹਾਂਜੀ।
ਤੇ ਕਿੰਨਾ ਟਾਈਮ ਲੱਗਦਾ ਹੈ ਤਿਆਰ ਕਰਨ ਨੂੰ? ਤੇ ਸਵੇਰੇ 10-12 ਘੰਟੇ ਲੱਗਦੇ ਆ। ਹੁਣ ਜਿਹੜਾ ਅੱਜ ਕੱਲ ਨੂੰ ਬਣਾ ਉਹ ਘਰ ਛਿਲ ਰਹੇ ਆ। ਅੱਛਾ, ਇੱਕ ਦਿਨ ਪਹਿਲਾਂ ਤੋਂ ਹੀ ਤਿਆਰੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਕਿਆ ਬਾਤ ਹੈ, ਕਿਆ ਬਾਤ ਹੈ। ਤੁਸੀਂ ਜਿਵੇਂ ਆਪ ਸਾਗ ਦੀ ਗੱਲ ਕਰ ਰਹੇ, ਤੁਸੀਂ ਕਹਿ ਰਹੇ ਹੋ ਕਿ 10-12 ਘੰਟੇ ਲੱਗ ਜਾਂਦੇ, 16-16 ਕਿਲੋ ਸਾਗ ਜਿਹੜਾ ਬਣਾਉਂਦੇ ਹੋ, ਤਾਂ ਬਹੁਤ ਵੱਡੇ ਫਿਰ ਭਾਂਡੇ ਦੇ ਵਿੱਚ ਬਣਾਉਂਦੇ ਹੋ? ਬਹੁਤ ਵੱਡੇ ਉੱਚੇ ਉੱਚੇ ਹੁੰਦੇ ਨਾ? ਉਹ ਵੀ ਹਾਂਡੀ 'ਚ ਬਣਦੇ ਕਿ ਨੋਰਮਲ? ਨਹੀਂ ਨਹੀਂ, ਹਾਂਡੀ 'ਚ ਬਣਦਾ। ਹਾਂਡੀ 'ਚ ਵੀ ਬਣਦਾ, ਉਹ ਵੀ ਮਤਲਬ ਚੁੱਲ੍ਹੇ ਦੇ ਵਿੱਚ ਰੱਖ। ਕਿਆ ਬਾਤ ਹੈ। ਫਿਰ ਸਾਗ ਮਸ਼ੀਨ ਨਾਲ ਘੋੜਦੇ ਹੋ ਕਿ ਹੱਥ ਨਾਲ ਇਹ ਵੀ? ਨਹੀਂ, ਹੱਥ ਨਾਲ ਘੋੜਦੇ। ਕਿਆ ਬਾਤ ਹੈ। ਸੋ ਤੁਸੀਂ ਦੇਖ ਸਕਦੇ ਹੋ ਜੋ ਕਿ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝਾ ਕਰ ਰਹੇ ਨੇ, ਕਿਸ ਤਰੀਕੇ ਨਾਲ ਹੱਥ ਨਾਲ ਜਿਹੜਾ ਤਿਆਰ ਆ ਕੀਤਾ ਜਾਂਦਾ। ਮੱਕੀ ਦੀ ਰੋਟੀਆਂ ਦੀ ਆਪਾਂ ਗੱਲ ਕਰ ਲਈਏ, ਇਹ ਮੱਕੀ ਦੀ ਰੋਟੀਆਂ ਜਿਹੜੀਆਂ ਨੇ ਘਰੋਂ ਬਣਾ ਕੇ ਲੈ ਕੇ ਆਉਂਦੇ ਹੋ? ਹਾਂਜੀ, ਹਾਫ ਡਨ ਕਰਕੇ ਇੱਥੇ ਵੀ ਤਿਆਰ ਕਰਦੇ ਹਾਂ ਅਸੀਂ। ਅੱਛਾ, ਇੱਥੇ ਪਰੌਂਠਾ ਵੀ, ਆਲੂ ਵਾਲਾ ਪਰੌਂਠਾ ਵੀ ਕਰਦੇ ਹਾਂ ਅਤੇ ਹੋਰ ਉਹ ਵੀ ਕਰਦੇ ਹਾਂ। ਅੱਛਾ, ਹਾਂਜੀ। ਕਿਆ ਬਾਤ ਹੈ। ਸੋ ਰੋਟੀਆਂ ਜਿਹੜੀਆਂ ਨੇ ਘਰੋਂ ਤਿਆਰ ਕਰਕੇ ਲੈ ਕੇ ਆਉਂਦੇ ਨੇ। ਸੋ ਸਾਗ ਦੀ ਜੇ ਆਪਾਂ ਗੱਲ ਕਰ ਲਈਏ, ਤੁਸੀਂ ਦੇਖ ਸਕਦੇ ਹੋ ਘਰ ਮਤਲਬ ਘਰ ਵਰਗਾ ਸਵਾਦ ਆ ਜੋ ਕਿ ਇੱਥੇ ਮਿਲਣ ਵਾਲਾ ਤੁਹਾਨੂੰ ਖਾਣ ਲਈ। ਤੇ ਇੱਕ ਪਲੇਟ ਦੀ ਆਪਾਂ ਗੱਲ ਕਰ ਲਈਏ, ਇੱਕ ਪਲੇਟ ਦੇ ਵਿੱਚ ਕੀ ਕੀ ਹੁੰਦਾ ਹੈ ਤੇ ਕਿੰਨਾ ਮਤਲਬ ਕਿ ਕਿੰਨੇ ਰੁਪਏ ਦੀ ਇੱਕ ਪਲੇਟ ਹੁੰਦੀ ਹੈ? ਅਸੀਂ 100 ਰੁਪਏ ਚ ਪਲੇਟ ਦਿੰਦੇ ਆ। 2 ਫੁਲਕੇ ਹੁੰਦੇ ਆ, ਹਾਂਜੀ, ਉਹਦੇ ਵਿੱਚ ਦੇਸੀ ਘਿਓ ਜਾਂ ਮੱਖਣ ਪਾ ਕੇ ਦਿੰਦੇ ਆ ਤੇ ਨਾਲ ਸੈਲਡ ਵਾਸਤੇ ਮੂਲੀ ਦਿੰਦੇ ਆ, ਹਰੀ ਮਿਰਚ ਦਿੰਦੇ ਆ ਤੇ ਇਹ ਹੈਗਾ ਜੀ। ਸੋ ਪਲੇਟ ਜਿਹੜੀਆਂ ਨੇ ਇੱਥੇ ਲੱਗ ਵੀ ਰਹੀਆਂ ਨੇ, ਇੱਕ ਵਾਰੀ ਜ਼ਰੂਰ ਦਿਖਾਵਾਂਗੇ ਤੁਹਾਨੂੰ ਪਲੇਟ ਜਿਹੜੀ ਹੈ ਤਿਆਰ ਕੀਤੀ ਜਾਊਗੀ ਕਿਸ ਤਰੀਕੇ ਨਾਲ। ਜਿਹੜੀ ਪਲੇਟ ਜਿਹੜੀ ਤਿਆਰ ਕੀਤੀ ਜਾ ਰਹੀ ਹੈ, ਜਿੱਥੇ ਕਿ ਆਪਾਂ ਗੱਲ ਕਰ ਲਈਏ ਸਾਗ ਅਤੇ ਮੱਕੀ ਦੀ ਰੋਟੀ ਦੀ, ਹਮੇਸ਼ਾ ਹੀ ਜਿਹੜੇ ਆ ਪੰਜਾਬ ਦੇ ਵਿੱਚ ਖਾਣ ਪੀਣ ਨੂੰ ਲੈ ਕੇ ਲੋਕ ਕੀ ਬਹੁਤ ਜ਼ਿਆਦਾ ਸ਼ੌਕੀਨ ਨੇ। ਅਤੇ ਪੰਜਾਬ ਦੇ ਜਿਹੜੇ ਆਪਾਂ ਗੱਲ ਕਰ ਲਈਏ ਮੱਕੀ ਦੀ ਰੋਟੀ, ਸਰੋਂ ਦਾ ਸਾਗ ਜਿਹੜਾ ਦੂਰੋਂ ਦੂਰੋਂ ਖਾਣ ਲਈ ਆਉਂਦੇ ਨੇ। ਸੋ ਕਿਸ ਤਰੀਕੇ ਨਾਲ ਆ ਤੁਸੀਂ ਦੇਖ ਸਕਦੇ ਹੋ ਪਲੇਟਾਂ ਜਿਹੜੀਆਂ ਨੇ ਲੱਗ ਰਹੀਆਂ ਨੇ। ਅੱਛਾ, ਆਈਡੀਆ ਹੈਗਾ ਇੱਕ ਦਿਨ ਦੇ ਵਿੱਚ ਕਿੰਨੀ ਮੱਕੀ ਦੀ ਰੋਟੀਆਂ ਲੱਗ ਜਾਂਦੀਆਂ ਨੇ? ਛੋਟੀਆਂ ਲੱਗ ਜਾਂਦੀਆਂ 80-90 ਜਾਂ 100 ਵੀ ਲੱਗ ਜਾਂਦੀਆਂ ਨੇ। 100 ਵੀ ਲੱਗ ਜਾਂਦੀਆਂ ਨੇ। ਕਈ ਵਾਰੀ ਟਾਈਮਿੰਗ ਕੀ ਹੈ, ਕਿੰਨੇ ਵਜੇ ਆਉਂਦੇ ਹੋ ਤੇ ਕਿੰਨੇ ਵਜੇ ਜਾਂਦੇ? 12 ਵਜੇ, 12:30 ਆਉਂਦੇ ਆ, ਸ਼ਾਮ ਨੂੰ 4-4:30 ਵਜੇ ਛੁੱਟੀ ਕਰਦੇ ਆ। 4:30 ਵਜੇ ਛੁੱਟੀ ਕਰਦੇ? 4:30 ਵਜੇ ਤੱਕ ਸਾਰਾ ਕੁਝ ਖਤਮ? ਹਾਂਜੀ ਹਾਂਜੀ। ਕੀ ਬਾਤ ਹੈ। ਤੇ ਮਤਲਬ ਇਸ ਤਰੀਕੇ ਦਾ ਜਦੋਂ ਲੋਕਾਂ ਵੱਲੋਂ ਪਿਆਰ ਮਿਲਦਾ ਹੈ, ਕਿੰਨਾ ਕੁ ਹੌਸਲਾ ਅਫਜ਼ਾਈ ਹੁੰਦਾ ਹੈ? ਬਹੁਤ ਜ਼ਿਆਦਾ ਪਿਆਰ ਮਿਲਦਾ। ਸੋ ਆ ਤੁਸੀਂ ਦੇਖ ਸਕਦੇ ਹੋ ਫਾਈਨਲੀ ਆ ਪਲੇਟ ਆ ਜੋ ਕਿ ਤੁਹਾਨੂੰ ਮਿਲਣ ਵਾਲੀ ਹੈ। ਤੁਸੀਂ ਦੱਸੋਗੇ ਕਿ ਕਿਸ ਤਰੀਕੇ ਦਾ ਰਿਸਪੌਂਸ ਆ ਜੋ ਕਿ ਲੋਕਾਂ ਵੱਲੋਂ? ਬਹੁਤ ਵਧੀਆ ਰਿਸਪੌਂਸ ਮਿਲਿਆ ਜੀ। ਹਾਂ, ਜਿਹੜਾ ਇੱਕ ਵਾਰ ਖਾ ਕੇ ਜਾਂਦਾ ਉਹ ਦੁਬਾਰਾ ਵੀ ਫਿਰ ਰਿਪੀਟ ਵੀ ਹੁੰਦੇ ਆ। ਬਹੁਤ ਇਦਾਂ ਕਰਕੇ ਬੜੇ ਲੋਕਾਂ ਦਾ ਪਿਆਰ ਮਿਲਦਾ। ਵਧੀਆ ਤਰੀਕੇ ਨਾਲ ਸਾਗ ਬਣਾਈਦਾ, ਬੜਾ ਟੇਸਟ ਬਹੁਤ ਵਧੀਆ ਦੇਈਦਾ। ਇਹ ਲੋਕ ਤਾਂ ਕਰਕੇ ਇਸ ਕਰਕੇ ਸਾਨੂੰ ਬਹੁਤ ਖੁਸ਼ ਹੋ ਕੇ ਆਪਣੇ ਮੱਕੀ ਰੋਟੀ ਦੇ ਸਾਗ ਖਾਂਦੇ। ਕਿਆ ਬਾਤ ਹੈ। ਸੋ ਜੇਕਰ ਕਿਸੇ ਨੇ ਤੁਹਾਡੇ ਹੱਥ ਦਾ ਬਣਿਆ ਮੱਕੀ ਦੀ ਰੋਟੀ ਦੇ ਸਰੋਂ ਦਾ ਸਾਗ ਖਾਣਾ ਹੋਵੇ, ਕਿਹੜੀ ਲੋਕੇਸ਼ਨ ਹੈ, ਕਿੱਥੇ ਆਉਣਾ ਪਊਗਾ? ਇਹ ਹੈਗਾ ਜੀ ਜੇ ਬਲੋਕ ਲੋਧੀ ਗ੍ਰੰਪ ਰੋਡ। ਹਾਂਜੀ। ਸੋ ਜੇਕਰ ਤੁਸੀਂ ਵੀ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਖਾਣ ਦੇ ਸ਼ੌਕੀਨ ਹੋ, ਜੇਕਰ ਤੁਸੀਂ ਵੀ ਆਉਣਾ ਚਾਹੁੰਦੇ ਹੋ ਇਹਨਾਂ ਦੇ ਸਰਦਾਰ ਜੀ ਦੇ ਹੱਥ ਦਾ ਬਣਿਆ ਹੋਇਆ ਮੱਕੀ ਦੀ ਰੋਟੀ ਸਰੋਂ ਦਾ ਸਾਗ ਜੇਕਰ ਖਾਣਾ ਚਾਹੁੰਦੇ ਹੋ, ਤੁਹਾਨੂੰ ਦੱਸਦੇ ਲੋਕੇਸ਼ਨ ਜਿਹੜੀ ਹੈ ਤੁਹਾਨੂੰ ਦੱਸਦੇ ਲੋਧੀ ਕਲੱਬ ਰੋਡ ਹੈ, ਜਿੱਥੇ ਕਿ ਇੱਕ ਸਰਦਾਰ ਜੀ ਨੇ ਜੋ ਕਿ ਇੱਕ ਸਟੋਲ ਲਾ ਕੇ ਜਿਹੜੇ ਬੈਠੇ ਹੋਏ ਨੇ। ਸੋ ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਜੇ ਖਵਾ ਰਹੇ ਨੇ। ਸੋ ਲੋਕੇਸ਼ਨ ਜਿਹੜੀ ਹੈ ਤੁਹਾਡੇ ਤੱਕ ਦੱਸ ਦਿੱਤੀ ਹੈ, ਜੇਕਰ ਤੁਸੀਂ ਵੀ ਖਾਣ ਪੀਣ ਦੇ ਸ਼ੌਕੀਨ ਹੋ ਜਾਂ ਫਿਰ ਤੁਸੀਂ ਵੀ ਇਹਨਾਂ ਸਰਦਾਰ ਜੀ ਦਾ ਜਿਹੜਾ ਆ
ਆਪਣੇ ਹੱਥੀਂ ਤਿਆਰ ਕੀਤਾ ਹੋਇਆ ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਖਾਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਇੱਥੇ ਜਾ ਕੇ ਜ਼ਰੂਰ ਵਿਜ਼ਿਟ ਕਰ ਲਿਓ। ਲੋਕੇਸ਼ਨ ਹੈਗੀ ਹੈ ਲੋਧੀ ਕਲੱਬ ਰੋਡ। ਅਤੇ ਇਸਦੇ ਨਾਲ ਜੇ ਆਪਾਂ ਗੱਲ ਕਰੀਏ ਇਸ ਸਟੋਲ ਦਾ ਨਾਮ ਕੀ, ਤੁਹਾਨੂੰ ਦੱਸ ਦਿਓ ਜੱਟ ਸੋਦਾ ਜੋ ਕਿ ਇਸ ਸਟੋਲ ਦਾ ਨਾਮ ਹੈ, ਤੁਸੀਂ ਇੱਥੇ ਆ ਕੇ ਜ਼ਰੂਰ ਵਿਜ਼ਿਟ ਕਰ ਲਓ। ਜੇਕਰ ਤੁਸੀਂ ਸਾਗ ਖਾਧਾ ਹੋਇਆ ਤਾਂ ਆਪਣੀ ਰਾਏ ਕਮੈਂਟ ਸੈਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ। ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਸੋ ਹੋਰ ਇੱਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਅਤੇ ਦੇਖਦੇ ਰਹੋ ਸਿਟੀ ਹੈਡਲਾਈਨਸ। ਮੈਂ ਨੇਹਾ ਮਲਿਕ, ਕੈਮਰਾ ਪਰਸਨ ਸੇਵਕ ਸਿੰਘ।